ਅਕਾਲ ਜੀ ਸਾਰਿਆਂ ਨੂੰ। ਹਾਂਜੀ, ਹੁਣ ਵੱਜ ਚੱਲੇ ਆ ਸਵੇਰ ਦੇ 11:05 ਰਹਿ ਗਏ ਆ 11 ਵਜਣ 'ਚ, ਅਤੇ ਮੰਮੀ ਕਰਦੇ ਪਏ ਆ ਲਸਣ, ਸਵਾਰਦੇ ਪਏ ਆ ਲਸਣ, ਛਿਲਦੇ ਪਏ ਆ, ਹਾਂ ਛਿਲਦੇ ਪਏ ਆ ਮੰਮੀ ਲਸਣ। ਮੰਮੀ ਨੇ ਸਬਜ਼ੀ ਦਾ ਸਮਾਨ ਤਿਆਰ ਕਰ ਦਿੱਤਾ ਆ, ਹੁਣ ਤੁਹਾਨੂੰ ਦਿਖਾਲਦੇ ਹਾਂ ਕਿ ਅਸੀਂ ਅੱਜ ਕੀ ਬਣਾਵਾਂਗੇ। ਰੱਖਿਆ ਹੋਇਆ ਆ ਦੁੱਧ ਗਰਮ, ਮੈਂ ਲੈ ਕੇ ਆਈ ਸੀਗੀ 1 ਕਿਲੋ ਟਿੰਡੇ, ਜਿਨ੍ਹਾਂ ਦੇ ਵਿੱਚੋਂ ਨਿੱਕੇ ਨਿੱਕੇ ਟਿੰਡੇ ਬਣਾਵਾਂਗੇ ਭਰ ਕੇ, ਅਤੇ ਬਾਕੀ ਜਿਹੜੇ ਥੋੜ੍ਹੇ ਜਿਹੇ ਮੋਟੇ ਟਿੰਡੇ ਆ ਉਹ ਮਸਾਲੇ ਵਾਲੇ ਬਣਾਵਾਂਗੇ। ਮਸਾਲੇ ਵਾਲੇ ਟਿੰਡਿਆਂ ਨੂੰ ਪਿਆਜ਼ ਛਿਲ ਦਿੱਤਾ ਮੰਮੀ ਨੇ, ਧੋ ਕੇ ਰੱਖਤਾ, ਟਮਾਟਰ, ਅਦਰਕ, ਹਰੀਆਂ ਮਿਰਚਾਂ, ਅਤੇ ਹੁਣ ਅਸੀਂ ਬਣਾਵਾਂਗੇ ਟਿੰਡੇ। ਅੱਜ ਇੱਕ ਖੁਸ਼ੀ ਦੀ ਗੱਲ ਹੋਈ ਕਿ ਸਾਡੀ ਕੰਮ ਵਾਲੀ ਆਂਟੀ ਆ ਗਈ ਅੱਜ। ਕੰਮ ਵਾਲੀ ਆਂਟੀ ਕਹਿੰਦੀ ਕਿ ਮੈਂ ਕਰ ਦੂੰਗੀ ਸਫਾਈ, ਸਵੇਰੇ ਸਵੇਰੇ ਫੋਨ ਆ ਗਿਆ ਆਂਟੀ ਦਾ, ਆਂਟੀ ਕਹਿੰਦੇ ਮੈਂ ਸਫਾਈ, ਮੈਂ ਤਾਂ ਖੁਸ਼ੀ ਹੋ ਗਈ ਬਹੁਤ ਮੰਮੀ, ਮੈਂ ਕੰਮ ਵਾਲੀ ਆਂਟੀ ਆ ਗਈ ਆ। ਅਤੇ ਅੱਜ ਬੱਚਿਆਂ ਦੇ ਸਕੂਲ ਅੱਜ ਤੋਂ ਸ਼ੁਰੂ ਹੋ ਗਏ, 7:30 ਲੱਗਦਾ ਸਕੂਲ ਅਤੇ 12:30 ਛੁੱਟੀ, ਕਿਉਂਕਿ ਗਰਮੀ ਬਹੁਤ ਹੋ ਗਈ ਆ ਅਤੇ ਅੱਜ ਪਲਕ ਨੇ ਵੀ ਜਲਦੀ ਆ ਜਾਣਾ ਆ, ਹੈ ਨਾ ਮੰਮੀ? ਨਾਲੇ ਇਹ ਆ ਵੀ ਰੈਸਟ ਵੀ ਕਰ ਲਊਗੀ, ਫਿਰ ਟਿਊਸ਼ਨ ਜਾਣਾ ਆ, ਹੈ ਨਾ? ਹੈ ਅਤੇ ਕੱਲ੍ਹ ਨਹੀਂ, ਪਰਸੋਂ ਪੇਪਰ ਆ, ਇੱਕੋ ਲਾਸਟ ਪੇਪਰ ਹੈਗਾ ਉਹਦਾ। ਹਾਂ ਚਲੋ, ਬਾਕੀ ਫਿਰ ਬਣਾਉਂਦੇ ਹਾਂ ਟਿੰਡੇ, ਫਿਰ ਤੁਹਾਨੂੰ ਬਣਾ ਕੇ ਦਿਖਾਲਦੇ ਹਾਂ, ਠੀਕ ਆ? ਹਾਂਜੀ, ਇੱਧਰ ਦੁੱਧ ਨੂੰ ਵੀ ਉਬਾਲਾ ਆਉਣ ਵਾਲਾ ਆ, ਅਤੇ ਇੱਧਰ ਲੱਗੀ ਹਾਂ ਮੈਂ ਮਸਾਲਾ ਭੁੰਨਣ, ਠੀਕ ਆ? ਗ੍ਰੈਂਡ ਕਰਕੇ ਮਸਾਲਾ ਪਾਇਆ ਸੀ, ਜਿਹੜੇ ਮਸਾਲੇ ਵਾਲੇ ਬਣਾਉਂਗੀ ਉਹਦੇ ਲਈ ਪਿਆਜ਼ ਤਾਂ ਕਰ ਲਏ, ਗ੍ਰੈਂਡੇ ਦਾ ਮਸਾਲਾ ਜਿਹਦੇ ਵਿੱਚ ਪਾਇਆ ਆ 2 ਟਮਾਟਰ ਅਤੇ ਨਾਲ 2-3 ਹਰੀਆਂ ਮਿਰਚਾਂ, ਅਤੇ ਇੱਧਰ ਇੱਦਾਂ ਇਹਨਾਂ ਨੂੰ ਸੈਂਟਰ 'ਚੋਂ ਚੀਰੇ ਦੇ ਕੇ, ਅਤੇ ਪਿਆਜ਼ ਸੀਗੀ ਪਿਆਜ਼ਾਂ ਨੂੰ ਵੀ ਚੀਰੇ ਦੇ ਕੇ, ਅਤੇ ਨਾਲ 2 ਟਮਾਟਰ ਕੱਟ ਲਏ। ਬਹੁਤ ਸਵਾਦ ਬਣਦੇ ਆ, ਬਣਾ ਕੇ ਦੇਖਿਓ, ਬੜੇ ਟੇਸਟੀ ਬਣਦੇ ਆ। ਇਹਨਾਂ 'ਚ ਹਲਕੀ ਜਿਹੀ ਖਟਾਸ ਆਉਂਦੀ ਆ ਅਤੇ ਬਹੁਤ ਟੇਸਟੀ ਬਣਦੇ ਆ, ਕੱਚਾ ਕੱਚਾ ਥੋੜ੍ਹਾ ਪਿਆਜ਼ ਰਹਿੰਦਾ ਆ। ਅਤੇ ਇੱਧਰ ਜਿਹੜੇ ਟਿੰਡੇ ਇਹ ਬਣਾਵਾਂਗੇ ਭਰ ਕੇ, ਇਹਦੇ ਵਿੱਚ ਪਾਵਾਂਗੇ ਅੰਬ ਚੂਰ ਅਤੇ ਲੂਣ ਮਿਰਚ ਮਸਾਲਾ, ਫਰਾਈ ਕਰਾਂਗੇ। ਬਾਕੀ ਜਦੋਂ ਬਣੂਗੇ ਤਾਂ ਫਿਰ ਤੁਹਾਨੂੰ ਦਿਖਾਲਦੇ ਹਾਂ ਕਿੱਦਾਂ ਦੇ, ਬਹੁਤ ਟੇਸਟੀ ਬਣਦੇ, ਤੁਸੀਂ ਬਣਾ ਕੇ ਦੇਖਿਓ। ਲਓ ਜੀ, ਤੜਕਾ ਅਸੀਂ ਲਾ ਦਿੱਤਾ, ਦੇਖੋ ਬਾਕੀ ਸਬਜ਼ੀ ਬਣਾ ਕੇ ਤੁਹਾਨੂੰ ਦਿਖਾਲਦੇ ਹਾਂ। ਸਬਜ਼ੀ ਦਾ ਕਲਰ ਦੇਖੋ ਕਿੰਨਾ ਸੋਹਣਾ ਹੈ, ਹੁਣ ਦੇਖਦੇ ਹਾਂ ਸਬਜ਼ੀ ਕਿੱਦਾਂ ਦੀ ਬਣਦੀ ਹੈ। ਹਾਂਜੀ, ਲਓ ਜੀ, ਸਬਜ਼ੀ ਸਾਡੀ ਬਣ ਗਈ ਆ, ਦੇਖੋ ਇੰਨੀ ਵਧੀਆ ਬਣੀ ਆ, ਬਹੁਤ ਸੋਹਣੀ ਬਣਦੀ ਆ ਸਬਜ਼ੀ, ਬਣਾ ਕੇ ਦੇਖੋ ਤੁਸੀਂ ਵੀ, ਇੱਦਾਂ ਬਹੁਤ ਵਧੀਆ ਬਣਦੀ ਆ। ਲਓ ਜੀ, ਸਫਾਈ ਸਾਡੀ ਹੋ ਗਈ ਆ, ਪਤਾ ਚਲੋ ਜੀ। ਹਾਂਜੀ, ਚਾਹ ਬਣ ਗਈ ਆਂਟੀ ਲਈ, ਮੰਮੀ ਨੇ ਟਿੰਡੇ, ਮੈਂ ਸਬਜ਼ੀ ਬਣਾ ਲਈ ਦੂਸਰੀ ਮਸਾਲੇ ਵਾਲੀ, ਮੰਮੀ ਭਰ ਕੇ ਟਿੰਡੇ ਬਣਾਉਣ ਦੇ ਆ ਨਾ, ਲੂਣ ਮਿਰਚ ਮਸਾਲਾ। ਦੇਖਾਂ ਪਲਕ ਵੀ ਆ ਗਈ ਆ, ਕੀ ਕਰਦੀ ਪਈ ਆ, ਇੱਕ ਤਾਂ ਥੱਕੀ ਆਈ ਵਿਚਾਰੀ ਸਕੂਲ। ਪਲਕ ਵੀਰ, ਓਏ ਬੱਲੂ, ਪਲਕ ਓਏ ਓਏ ਓਏ, ਕੀ ਹੋਇਆ ਓਏ, ਥੱਕ ਗਿਆ ਸੀਗਾ, ਥੱਕਿਆ ਹਲੇ, ਗਰਮੀ ਬਹੁਤ ਆ ਨਾ, ਗਰਮੀ ਏ ਸੀ ਲੱਗੇ ਨੀ ਹਲੇ, ਹੈਂ, ਗਰਮੀ ਬਹੁਤ ਆ ਨਾ, ਕੱਲ ਜਾਣਾ ਕਿ ਛੁੱਟੀ ਕਰਨੀ ਆ, ਜਾਣਾ ਆ, ਹੈਂ, ਠੀਕ ਠੀਕ ਆ, ਚੱਲ ਫਿਰ ਪਹਿਲਾਂ। ਹਾਂ, ਏ ਸੀ ਕੀਤਾ ਹੈ 25 ਦੇ, ਦੇਖੋ ਜੀ ਟਾਈਮ ਹੋ ਗਿਆ ਆ, 1 ਵੱਜ ਗਿਆ ਆ,
ਠੀਕ ਆ। ਹਾਂਜੀ ਆਂਟੀ, ਕਰ ਲਈ ਸਫਾਈ? ਆ ਗਿਆ ਆ ਗਿਆ ਹਰਮਨ ਜੀ, ਉਹਦੇ ਹਾਂਜੀ ਆ ਗਏ। ਇਧਰ ਵੀ ਵਾਲਾ ਕੱਟ ਕਰਦਾ ਆ ਦੋਨੇ। ਆਦੋ ਕਮਰਿਆਂ ਦਾ ਆਦੋ ਕਮਰਿਆਂ ਦੇ ਸਹੀ ਨੀ ਹੈਗੀ ਏਸੀ, ਤੇ ਹੁਣ ਆਪਾਂ ਇੱਧਰ ਬੈਠਾਂਗੇ ਏਸੀ ਲਾ ਕੇ। ਇਹ ਵਾਲਾ ਏਸੀ ਬਹੁਤ ਵਧੀਆ ਆ, ਉੱਧਰ ਦੋ ਏਸੀ ਵਧੀਆ ਚੱਲਦੀ, ਉਹਦੀ ਸਰਵਿਸ ਕਰਾਉਣੀ ਹੈ ਲੈ। ਅਤੇ ਆਪਾਂ ਆਪਣੇ ਜਲੇ ਪਾਣੀ ਚੱਲ ਇੱਧਰ ਪਹਿਲਾਂ ਜਾਲੀ ਸਾਫ਼ ਕਰੀਏ। ਸਾਫ਼ ਕਰਨ ਲੱਗੇ ਹੁਣ ਚਾਹੀਦੀਆਂ ਵੀ ਕਰਨੀਆਂ ਆ, ਉੱਧਰ ਕਾਫ਼ੀ ਕੂਲਿੰਗ ਕਰਦਾ ਆ। ਆ ਫੜ ਕੈਮਰਾ ਫੜੀ ਕੈਮਰਾਮੈਨ ਕਿੰਨੀ ਗੰਦੀ ਹੋ ਜਾਂ ਕੂਲਿੰਗ ਕਿੱਥੋਂ ਕਰਨੀ ਬਜ਼ਾਰਾਂ ਨੇ। ਹੁਣ ਪਾਪਾ ਲਾਉਣ ਲੱਗੇ ਨੇ ਵਾਪਸ ਕਰਨ ਲੱਗੇ ਨੇ, ਮੰਮਾ ਗੱਲ ਕਰਦੇ ਪਏ ਫੋਨ ਤੇ। ਮੰਮੀ ਦੀਆਂ ਸੂਟਾਂ ਵਾਲੀਆਂ ਨੀ ਮੁੱਕਦੀਆਂ ਭਰਾਵਾ, 40 ਰੁਪਏ ਮੰਗਦੀਆਂ ਆ ਸੀ। ਕਿਸੇ ਨੇ ਪੁੱਛਿਆ ਸੀਗਾ ਉਹਨੇ ਸਲਵਾਰਾਂ ਵਾਲੀ ਨੂੰ ਆਪਣੇ ਮਹੱਲੇ ਚ ਦਮਨਦੀ, ਉਹ ਤਾਂ ਆਈ ਨੀ ਹੈਗੀ ਜਿਹੜੀ ਚੁੱਕਦੀ ਆ। ਹੈਂ ਸਲਵਾਰਾਂ ਵਾਲੀਆਂ ਨੇ ਇੰਨਾ ਲੋਅ ਪੀਤਾ ਨਾ, ਚੌੜੀਆਂ ਨੂੰ ਕੋਈ 30 ਕੋਈ 35 ਕੋਈ 40, ਮੈਂ ਕਹਿੰਦੀ ਮੂੰਹ ਹੀ ਅੱਡ ਲਿਆ ਇਹਨਾਂ ਨੇ। ਅਸੀਂ ਕਹਿੰਦੇ ਸੀ ਇਹ ਜਾ ਰਹੇ ਨੇ ਜੀ ਸਭ ਤੋਂ, ਤੇ ਪਾਪਾ ਹੁਣ ਫਿਕਸ ਕਰਨ ਲੱਗੇ ਨੇ ਇਹਨੂੰ ਇਹਦੇ ਵਿੱਚ ਦੁਬਾਰਾ। ਤੇ ਆਪਣਾ ਆਹ ਵਾਲਾ ਕਮਰਾ ਕੁਛ ਇੱਦਾਂ ਦਾ ਪੂਰਾ ਕਮਰਾ ਦਿਖਾ ਦਾ ਪਾਪਾ, ਆਪਾਂ ਰੂਮ ਟੂਰ ਦੇਤਾ। ਰੂਮ ਟੂਰ ਦੇਤਾ, ਆਪਾਂ ਹਾਊਸ ਟੂਰ ਵੀ ਕਰਾਂਗੇ ਯਾਰ, ਕਰਾਂਗੇ ਰੂਮ ਕੋਈ ਨਹੀਂ ਗੱਲ ਨਹੀਂ ਕਰ ਲੈਂਦੇ। ਆਹੋ ਹਣਾ ਮੰਮੀ, ਮੰਮਾ ਹਾਊਸ ਟੂਰ ਕਰਾਂਗੇ ਆਪਾਂ ਹਣਾ। ਹਾਊਸ ਆਪਣਾ ਨਿੱਕਾ ਜਿਹਾ, ਹਾਊਸ ਦਾ ਟੂਰ ਕਿੱਥੇ ਕਰਨਾ ਇਹਦਾ ਨਿੱਕਾ? ਬਾਬਾ ਹਾਊਸ ਵੱਡਾ ਹੀ ਹੈ, ਰਹਿਣ ਦੋ ਤੁਸੀਂ। ਮੇਰੀ ਗੱਲ ਸੁਣ, ਇੱਧਰ ਉੱਠ। ਹਾਂਜਾ ਉੱਠ ਕੇ ਮੈਨੂੰ ਉੱਥੋਂ ਗੋਲੀ ਦੇ, ਮੇਰੇ ਲੱਤਾਂ ਬਹੁਤ ਦੁਖਦੀਆਂ। ਹਾਡੀ ਮੰਮੀ ਦੀ ਪਾਵਰ ਲੋ ਹੋ ਗਈ ਥੋੜ੍ਹੀ ਜਿਹੀ। ਚਲੋ ਤੁਹਾਡੀ ਮੰਮੀ ਥੋੜ੍ਹੀ ਪਾਵਰ ਲੋ ਹੋ ਗਈ। ਵੈਸੇ ਤਾਂ ਲੋਕ ਸਾਡੇ ਵਲੌਗਰ ਸਾਡਾ ਪੂਰਾ ਘਰ ਵੇਖ ਹੀ ਲਿਆ ਆ। ਨੋ ਨੀਡ ਆਈ ਤੇ ਓਏ ਤੂੰ ਵੀ ਆਇਆ ਉਧਰ ਹੀ ਮੇਰਾ ਆ ਮੇਰਾ ਆ ਮੇਰਾ ਲਿਆ ਕੇ ਦੇਵਾਂਗੇ ਸਰਜੂ ਇਹਦੇ ਨਾਲ ਹੀ ਆ ਲੈਣਾ। ਮੈਂ ਕੀ ਕਰਾਂ ਕੀ ਕਰਾਂ, ਰੀਲਾਂ ਤੇ ਜਾ ਜਾ ਲਿਆ ਰੀਲਾਂ ਲੈ ਜਾ ਪਹਿਲਾਂ। ਮਾਂ ਪੁੱਤ ਨੇ ਬਹਿ ਕੇ ਇੰਨੀਆਂ ਚੁਗਲੀਆਂ ਕੀਤੀ ਯਾਰ ਮੈਂ ਟੀਨੇ ਨੀ ਨਾ ਖਾਂਦੀ ਪਾਪਾ, ਅੱਧਾ ਘੰਟਾ ਰਹਿ ਗਿਆ ਮੈਂ ਟਿਊਸ਼ਨ ਵੀ ਜਾਣਾ ਫਿਰ। ਗਰਮੀ ਬਹੁਤ ਲੱਗਦੀ ਆ,
ਆਪਣੇ ਇੱਥੇ ਏਸੀ ਚੱਲਦਾ ਉੱਥੇ ਗਰਮੀ ਬੜੀ ਲੱਗਦੀ ਮੈਨੂੰ ਮੈਡਮ ਨੂੰ ਚਲਾਉਂਦੀ ਹਲੇ ਏਸੀ ਕਿਹਾ ਤੇਰੀ ਮੈਗੀ ਨੂੰ ਬੁਰਾ ਵੜ ਗਿਆ ਵਿੱਚ ਕੱਚੀ ਖਾਣਾ ਸਾਡੇ ਨਿੰਬੂ ਪਾਣੀ ਸਾਡੇ ਨਿੰਬੂ ਪਾਣੀ ਵਾਲਾ ਬੰਦਾ ਟਿੰਡੇ ਖਾਣੇ ਕਿਹੜੇ ਆ ਮੈਂ ਕਿਹਾ ਜਿਹੜੇ ਮਰਜ਼ੀ ਇੱਕ ਦੇ ਦੇ ਇੱਕ ਹੁਣ ਖਾ ਲਾਂਗੇ ਇੱਕ ਸ਼ਾਮ ਨੂੰ ਖਾ ਲਾਂਗੇ ਦੇਖੋ ਤੇਰੀ ਵਿੱਚ ਮੈਗੀ ਵਿੱਚ ਨਹੀਂ ਬੜੇ ਤੇਰਾ ਚਲੋ ਪਾਓ ਰੋਟੀ ਖਾਈ ਯਾਰ ਤੁਹਾਨੂੰ ਲੱਗਦੀ ਸਵਾਦ ਸਾਨੂੰ ਲੱਗਦੀ ਸਵਾਦ ਇੱਦਾਂ ਸਾਨੂੰ ਦਹੀਂ ਉਦੇ ਨਹੀਂ ਸਵਾਦ ਲੱਗਦਾ ਦਾਦੀ ਨੂੰ ਬਹਿਣ ਦੇ ਕੁਛ ਨੀ ਕਹਿੰਦਾ ਬਹਿ ਜਾ ਅਮਨ ਹਟ ਜਾ ਨਾ ਤੰਗ ਕਰ ਕੁੜੀ ਨੂੰ ਨਾ ਤੰਗ ਕਰ ਕੁੜੀ ਨੂੰ ਤੇਰੀ ਕਿਹੜੀ ਵੀਡੀਓ ਮਿਲਣ ਚਲ ਗਈ ਨਾ ਕਰ ਤੰਗ ਰਹਿਣ ਦੇ ਯਾਰ ਤੂੰ ਖਾ ਆਪਣੀ ਰੋਟੀ ਚੱਲ ਬਸ ਹੋਰ ਨੀ ਮੰਗਦਾ ਬਹਿ ਬਹਿ ਨਹੀਂ ਹੋਰ ਨੀ ਲੈਣੀ ਉਹਨੇ ਹੁਣ ਉਹਦਾ ਮੁੜ ਕੇ ਸਰਦਾ ਨੀ ਹੈਗਾ ਯਾਰ ਉਨੀ ਮੈਗੀ ਦੇ ਨਾਲ ਉਹ ਲੈ ਵਾਪਸ ਰੱਖਤੀ ਉਹਨੇ ਚੱਲ ਮੈਗੀ ਨੀ ਦੇ ਸਕਦੀ ਮੇਰਾ ਭਰਾ ਹੀ ਆ ਨਾ 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 ਆਹ ਕੰਮ ਨੀ ਮੈਗੀ ਵਾਲਾ ਕੰਮ ਨੀ ਹੁੰਦਾ ਖਾਣੀ 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 ਹੱਟ ਰਾਓ ਜੀ ਸ਼ੁਕਰ ਆ ਤੁਸੀਂ ਵੀ ਆਏ ਨਾਲੇ ਮੁਬਾਰਕਾਂ ਜੀ ਤੁਹਾਨੂੰ ਅੱਜ ਅੱਗੇ ਤੈਨੂੰ ਯਾਦ ਕਰਦੇ ਸੀਗੇ ਛੱਡ ਦੇ ਫੋਨ ਤੇਰੀਆਂ ਵੀਡੀਓ ਨੀ ਸੂਤ ਆਉਂਦੀਆਂ।
ਸਟੇਸ਼ਨ ਤੋਂ ਆ ਚੁੱਕੀ ਹਾਂ ਤੇ ਮੰਮਾ ਸੂਟ ਸੀਂਦੇ ਪਏ ਨੇ, ਮੰਮਾ ਨੇ ਬੰਦ ਕਰ ਲਿਆ ਮੜੇ ਮੰਮੀ ਕੀ ਵੀ ਕਹਿੰਦੀ ਹੈ। ਤੇ ਹੁਣ ਮੰਮੀ ਨੇ ਲਿਆ ਥੋੜ੍ਹਾ ਸਮਾਨ, ਕਹਿਣਾ ਆਪਾਂ ਜਾਣਾ ਬਾਜ਼ਾਰ। ਦਾਦੀ ਨਾਲ ਚੱਲੀ ਆ? ਦਾਦੀ ਨਾਲ ਚੱਲੀ ਮੈਂ ਬਾਜ਼ਾਰ, ਸਮਾਨ ਲੈ ਕੇ ਆਉਣਾ ਆਪਾਂ ਥੋੜ੍ਹਾ ਜਿਹਾ। ਮੰਮੀ ਨੇ ਨਹੀਂ ਜਾਣਾ, ਸਾਡੀ ਨੇ, ਸਾਡੀ ਮੰਮੀ ਨੇ ਕਰਨਾ ਹੋਰ ਪਾਪਾ ਕੀ ਲੈ ਕੇ ਆਏ ਫੇਰ? ਕੋਕ ਅੱਜ ਆਪ ਕੀ ਖਾਣਾ ਆਪਾਂ ਫੇਰ? ਪੀਜ਼ਾ ਪਨੀਰ ਵਾਲਾ ਮੰਗਾਇਆ ਆ ਤੇ ਇੱਕ ਮੰਗਾਇਆ ਆਪਾਂ ਚੀਜ਼ ਤੇ ਵੈਜੀਜ਼ ਵਾਲਾ, ਹੈਨਾ। ਤੇ ਹੁਣ ਮੰਮਾ ਸੂਟ ਦੇ ਲੱਗੇ ਨੇ, ਤੁਹਾਡੇ ਕਿੰਨੇ ਕੁ ਸੂਟ ਰਹਿੰਦੇ ਨੇ ਹਲੇ? ਤੇ ਦਾਦੀ ਇੱਧਰ ਬੈਠੀ, ਤੁਸੀਂ ਕਰਦੇ ਪਏ ਬਈ? ਦਾਦੀ ਇੱਧਰ ਪਾਈਆਂ ਹੀ ਕਰਦੀ ਨੀ ਸਾਡੀ ਵਿਚਾਰੀ, ਦਾਦੀ ਇੱਧਰ ਪਾਈਆਂ ਕਰੀ ਜਾਣੀਆਂ। ਤੇ ਹੁਣ ਦਿਖਾਉਂਦੇ ਜਦੋਂ ਪੀਜ਼ਾ ਆਊਗਾ ਆਪਣਾ, ਏਸੀ ਆਨ ਹੀ ਆ। ਉਹੀ ਦਾਦੀ ਤਾਂ ਪੈਸੇ ਵੀ ਨਹੀਂ ਲੈਂਦੇ ਰੁਪਈਆ ਖਰੰਦੇ ਦਾਦੀ। ਦਾਦੀ ਸਪੋਰਟ ਸਾਰੇ ਛੋਟੇ ਇੱਧਰ ਪਾਈਆਂ ਕਰਦਾ ਖਰੀਦੀ, ਹਨਾ। ਤੇ ਹੁਣ ਚਲੋ ਦਿਖਾਉਂਦੇ ਆਪਣਾ ਪੀਜ਼ਾ। ਇੱਕ ਦਿਨ ਦੇ ਵਿੱਚ ਇੰਨੇ ਵਿਊ ਆਏ, ਇੱਕ ਦਿਨ ਦੇ ਵਿੱਚ, ਦੂਸਰੇ ਦਿਨ 200 ਹੁੰਦੇ। ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਏਦਾਂ ਹੀ ਸਾਨੂੰ ਪਿਆਰ ਦਿਓ ਤਾਂ ਕਿ ਏਦਾਂ ਹੀ ਸਾਨੂੰ ਵਿਊ ਹੋਰ ਦਿਓ। ਦੂਸਰੇ ਦਿਨ ਦੇ ਵਿੱਚ ਸਾਡਾ 200 ਪੂਰਾ ਹੁੰਦਾ ਸੀ, ਅੱਜ ਫਸਟ ਡੇ ਆ, ਪਹਿਲੀ ਵਾਰੀ ਇਸੇ ਬਲੌਗ ਦੇ ਉੱਤੇ 212 ਵਿਊ ਆਏ ਆ। ਤੇ ਹੁਣ ਬਸ ਹੁਣ ਆਪਾਂ ਖਾਵਾਂਗੇ ਪੀਜ਼ਾ। ਮੰਨ ਲਿਆਂਦੇ ਪੀਜ਼ਾ ਤੇ ਪਾਪਾ ਹੋ ਗਏ, ਆਪਾਂ ਫੇਰ ਹੀ ਖੋਲਦੇ। ਪਾਪਾ ਮੜੇ ਬਾਜ਼ਾਰ ਗਏ ਨੇ, ਹਨਾ। ਹਾਂ ਨਹੀਂ ਕੋਈ ਨਾ, ਪਾਪਾ ਆਓਗੇ ਤਾਂ, ਹਲੇ ਉਹ ਪੈਕ ਆ ਨਹੀਂ ਹੁੰਦਾ। ਹੁਣ ਪਾਪਾ ਵੀ ਆ ਗਏ ਨੇ, ਪਾਪਾ ਪੀਜ਼ਾ ਵੀ ਆ ਗਿਆ ਆਪਣਾ, ਰਾਜਮਾਂਹ ਆ ਗਏ। ਕੱਲ ਵਾ ਮੈਂ ਵੀ ਗਲਾਸ ਚੱਕੀ ਫਿਰਦੀ ਹਾਂ, ਉਹਨਾਂ ਨੇ ਗਲਾਸ ਆਲਰੇਡੀ ਇਕੱਠੇ ਕਰ ਲਏ, ਮੈਂ ਵੀ ਚੱਕੀ ਫਿਰਦੀ ਹਾਂ। ਆਪਣੀ ਕੋਕ ਵੀ ਯਾਰ, ਮੇਰੀ ਕੋਈ ਸੁਣਦਾ ਹੀ ਨਹੀਂ। ਦਾਦੀ ਸਾਡੀ ਖਾਂਦੀ ਨੀ ਪੀਜ਼ਾ, ਆਪਾਂ ਖਾਵਾਂਗੇ। ਮੈਂ ਆਪਦਾ ਪੀਜ਼ਾ ਖਾਣਾ ਨੀ ਨਾ, ਪਰ ਅੱਜ ਮੈਨੂੰ ਸਵਾਦ ਲੱਗਾ ਕਿਉਂਕਿ ਅੱਜ ਇਹ ਸਬਜ਼ੀ ਵਾਲਾ ਲੈ ਕੇ ਆਇਆ। ਹਾਂ ਕੋਈ ਚੀਜ਼ ਘੱਟ ਆ, ਕੋਈ ਮੈਨੂੰ ਚੀਜ਼ ਪਸੰਦ ਨਹੀਂ ਹੈਗਾ। ਹਾਂ ਬਟ ਕਿੱਦਾਂ, ਹਾਂ ਵੀ ਤੂੰ ਦਾ ਬੋਲ, ਕੋਕ ਪਾਤੀ? ਹਾਂਜੀ ਠੀਕ ਆ ਜੀ, ਸਵਾਦ ਨਹੀਂ ਨਹੀਂ। ਓਕੇ ਓਕੇ ਓਕੇ, ਤੇਰਾ ਮਨ ਹੈਗਾ ਅੱਜ? ਚਲੋ ਅੱਜ ਇੰਨਾ ਵੀ ਸ਼ੁਕਰ ਕਰੋ ਵੀ ਇੱਕ ਤੁਸੀਂ ਆਹ ਲੈ ਆਉਂਦਾ ਆ ਜਿਹੜਾ ਮੈਨੂੰ ਵਧੀਆ ਲੱਗਦਾ ਆ। ਓਕੇ ਚਲੋ ਖਾ ਲਈਏ ਹੁਣ ਨਾਲ ਕੋਕ।
ਆਪਾਂ ਉਹੀ ਕੰਮ ਕੋਕ ਡੋਲਤੀ ਆਪਾਂ ਹਨਾ ਮੰਮੀ ਯਾਰ ਮਾੜੀ ਜਿਹੀ ਡੁੱਲੀ ਮਤਲਬ ਅੱਧਾ ਗਲਾਸ ਡੋਲਕੀ ਉੱਥੇ ਬੈਗ ਪੀਜ਼ਾ ਖਾਂਦੀ ਹਾਂ ਓਕੇ ਵਿਹਲੇ ਖਾ ਗਏ ਖਾ ਲਿਆ ਤੁਸੀਂ ਖਾ ਲਿਆ ਵੀ ਉਹ ਚਲੋ ਪਿਆ ਥੋੜ੍ਹਾ ਜਿਹਾ ਖਾ ਲਓ ਤੁਸੀਂ ਚਲੋ ਮਾਂ ਤੁਸੀਂ ਰੋਟੀ ਖਾ ਲਈ ਚਲੋ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਲੌਗ ਕਿੱਦਾਂ ਦੇ ਲੱਗਦੇ ਸਾਡੇ ਅਤੇ ਨਵੇਂ ਆਏ ਬੰਦੇ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਜਿਹੜੇ ਫਸਟ ਟਾਈਮ ਸਾਨੂੰ ਦੇਖ ਰਹੇ ਆ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਇੱਕ ਨਵੇਂ ਬਲੌਗ 'ਚ ਚਲੋ ਠੀਕ ਕਰਦਿਆ ਕਰੋ ਵੀ ਕੁੜੀ ਕਹਿੰਦੀ ਲਾਈਕ ਨਹੀਂ ਲਾਈਕ ਕਰਦਿਆ ਕਰੋ ਲਾਈਕ ਕਰਨ ਲਈ ਕਿਹੜੇ ਪੈਸੇ ਲੱਗਦੇ ਆ ਅਤੇ ਚਲੋ ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ